ਸਾਰੇ ਹੀ ਮੀਡੀਆ ਦਾ ਸਵਾਗਤ ਹੈ ਜੀ। ਅੱਜ ਇੱਕ ਬੜਾ ਇੰਪੋਰਟੈਂਟ ਇਸ਼ੂ, ਚੀਫ ਮਿਨਿਸਟਰ ਦੇ ਪਰਿਵਾਰ ਨਾਲ ਤੁਲਕ ਰੱਖਣ ਦਾ ਇਮਪ੍ਰੋਪਰੀਆਇਟੀ, ਅਨਐਥੀਕਲ ਟ੍ਰਾਂਜੈਕਸ਼ਨਸ, ਬੇਨਾਮੀ ਇਨ ਨੇਚਰ, ਉਹਦਾ ਮੁੱਦਾ ਮੈਂ ਤੁਹਾਡੇ ਨਾਲ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਉਠਾਉਣ ਲੱਗਾ। ਔਰ ਇਸ ਦੀ ਬਕਾਇਦਾ ਇੱਕ ਕੰਪਲੇਂਟ ਆਨਰੇਬਲ ਗਵਰਨਰ ਪੰਜਾਬ ਨੂੰ ਭੇਜ ਦਿੱਤੀ ਫੋਰ ਐਨ ਇੰਡੀਪੈਂਡੈਂਟ ਇਨਕੁਆਇਰੀ ਬਾਈ ਐਨੀ ਏਜੰਸੀ, ਵੈਦਰ ਇਟ CBI ਔਰ ED, ਕਿਉਂਕਿ ਪੰਜਾਬ ਦੀ ਵਿਜੀਲੈਂਸ, ਪੰਜਾਬ ਪੁਲਿਸ ਨੇ ਤਾਂ ਖੁਦ ਦੇ ਚੀਫ ਮਿਨਿਸਟਰ ਸਾਹਿਬ ਦੀ ਕੋਈ ਇਨਕੁਆਇਰੀ ਨਹੀਂ ਕਰਨੀ, ਉਹ ਤਾਂ ਦੂਜਿਆਂ ਨੂੰ ਇਨਕੁਆਇਰੀ ਕਰਨ ਵਾਸਤੇ ਅਤੇ ਦੂਜਿਆਂ ਦੇ ਸਵਾਲ ਪੁੱਛਣ ਵਾਸਤੇ ਅਤੇ ਧਮਕਾਉਣ ਡਰਾਉਣ ਵਾਸਤੇ ਰੱਖੀਆਂ। ਮਸਲਾ ਇਹ ਹੈ ਕਿ ਇੱਕ ਟੈਪੀ ਪਿੰਡ ਹੈ, ਬਰਨਾਲਾ ਮਾਨਸਾ ਮੇਨ ਰੋਡ ਦੇ ਉੱਤੇ ਹਾਈਵੇ ਦੇ ਪਿੰਡ ਸਥਿਤ ਹੈ। ਇਹ ਭਿੱਖੀ ਸਬ ਤਹਿਸੀਲ ਦੇ ਵਿੱਚ ਪਿੰਡ ਆਉਂਦਾ ਵਾ। ਉੱਥੇ ਇਸੇ ਹੀ 20 ਮਾਰਚ 2023, ਸਾਰੇ ਡਾਕੂਮੈਂਟਸ ਮੇਰੇ ਕੋਲ ਨੇ, ਯੂ ਕੈਨ ਆਲ ਸੀ, ਮੈਂ ਤੁਹਾਨੂੰ ਵਟਸਐਪ ਦੇ ਉੱਤੇ ਸਾਰੀ ਕੰਪਲੇਂਟ ਦੀ ਕਾਪੀ ਵੀ ਭੇਜ ਦਿੱਤੀ ਹੈ। ਇਹ ਹੈਗਾ ਮਸਲਾ, 20 ਮਾਰਚ 2023 ਨੂੰ ਇੱਕ ਬੀਬੀ ਜਸਮੇਲ ਕੌਰ, ਜੋ ਕਿ ਭਗਵੰਤ ਮਾਨ ਦੀ ਸਕੀ ਭੂਆ ਹੈ, ਜਿਸ ਦਾ ਪਿੰਡ ਸ਼ੇਰੋਂ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀ, ਉਹਨਾਂ ਨੇ ਲਗਭਗ ਕੋਈ ਇਹ ਰਕਬਾ ਹੈਗਾ ਸੀਗਾ ਜੀ, ਕੋਈ 4.5 ਏਕੜ ਜ਼ਮੀਨ ਉਹਨਾਂ ਨੇ 20 ਮਾਰਚ 2023 ਨੂੰ ਆਪਣੀ ਭਾਬੀ ਨੂੰ, ਯਾਨੀ ਕਿ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ। ਹਿਬਾ ਮਤਲਬ ਹੁੰਦਾ ਕਿ ਗਿਫਟ ਡੀਡ ਬਣਾ ਕੇ ਉਹਨਾਂ ਨੂੰ ਉਹ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ। ਔਰ ਉਸਦਾ ਕਲੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67,70,000 ਰੁਪਇਆ ਇਸ 36 ਕਨਾਲ 3 ਮਰਲੇ ਐਗਜੈਕਟ ਰਕਬਾ ਹੈ। ਇਸਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਹੈ ਉਹ 2,03,000 ਰੁਪਇਆ। ਇੱਥੇ ਸਵਾਲ ਇਹ ਉੱਠਦਾ ਕਿ ਇੱਕ ਚੀਫ ਮਿਨਿਸਟਰ ਹੈ ਅੱਜ, ਕੀ ਉਹ ਬਤੌਰ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ, ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ, ਉਸ ਦੇ ਮਗਰ ਉਸ ਤੋਂ ਗਿਫਟ ਲੈ ਸਕਦੇ ਨੇ? ਪਹਿਲਾ ਸਭ ਤੋਂ ਵੱਡਾ ਪ੍ਰੋਪਰਾਇਟੀ ਦਾ ਸਵਾਲ ਹੀ ਆ, ਕਿਉਂਕਿ ਚੀਫ ਮਿਨਿਸਟਰ ਦਾ ਰੁਤਬਾ ਦੂਜਿਆਂ ਨੂੰ ਕਿਸ ਤਰ੍ਹਾਂ ਕਦਰਾਂ ਕੀਮਤਾਂ ਦੇ ਨਾਲ ਰਾਜਨੀਤੀ ਕੀਤੀ ਜਾਣੀ ਚਾਹੀਦੀ ਇਸ ਦੇਸ਼ ਵਿੱਚ, ਉਹ ਸਿਖਾਉਣ ਵਾਸਤੇ ਇਹ ਬਹੁਤ ਅਹਿਮ ਅਹੁਦਾ ਵਾ। ਔਰ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਤਾਂ ਦੁੱਧ ਧੋਤੇ ਹੋਏ ਹਾਂ, ਸਾਡੇ ਨਾਲ ਤਾਂ ਕੋਈ ਕੱਟੜ ਇਮਾਨਦਾਰ ਹੀ ਹੈ ਨਹੀਂ ਗਾ। ਇਸ ਲਈ ਇਹ ਜਿਹੜੀ 4.5 ਏਕੜ ਜ਼ਮੀਨ ਜਸਮੇਲ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ ਦਾਨ ਕੀਤੀ ਆ, ਕੀ ਭਗਵੰਤ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ, ਕਿਉਂ ਲਈ ਹੈ, ਕਿ ਕਿਸੇ ਕੰਮ ਦੇ ਇਵਜ਼ ਵਿੱਚ ਲਈ ਆ, ਕੋਈ ਉਹਨਾਂ ਨੂੰ ਲਾਭ ਪਹੁੰਚਾਇਆ ਗਿਆ ਫਾਈਨੈਂਸ਼ਲੀ? ਕਿਉਂਕਿ ਨੋਰਮਲ ਕੋਰਸ ਕੀ ਹੁੰਦਾ ਵਾ ਕਿ ਆਪਾਂ ਆਪਣੀਆਂ ਲੜਕੀਆਂ ਨੂੰ ਤਾਂ ਗਿਫਟ ਦਿੰਦੇ ਸੁਣੇ ਹੋਏ ਆ। ਫਰਜ਼ ਕਰੋ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਜੀ ਆਪਣੀ ਲੜਕੀ ਮਨਪ੍ਰੀਤ ਕੌਰ ਨੂੰ ਇੱਕ ਜ਼ਮੀਨ ਗਿਫਟ ਕਰਦੇ, ਤਾਂ ਅਸੀਂ ਸਮਝ ਆਉਂਦੇ ਕਿ ਉਹਨੇ ਆਪਣੀ ਲੜਕੀ ਦੀ ਮਦਦ ਕਰਨ ਵਾਸਤੇ 1.5 ਏਕੜ ਜ਼ਮੀਨ ਗ੍ਰਿਫਤ ਕਰਤੀ। ਇੱਥੇ ਵਰਣਨ ਯੋਗ ਹੈ ਕਿ ਇਸ ਜ਼ਮੀਨ ਦੀ ਮਾਰਕੀਟ ਵੈਲਿਊ ਜਿਹੜੀ ਆ ਉਹ 70 ਲੱਖ ਰੁਪਏ ਏਕੜ ਹੈ, ਬਿਕੋਜ਼ ਇਟਸ ਬੈਂਡ ਮਾਈਟ ਔਨ ਦ ਮੇਨ ਰੋਡ ਆਫ ਮਾਨਸਾ ਐਂਡ ਬਠਿੰਡਾ, ਪਿੰਡ ਟੈਪੀ। ਇਹਦੀ ਕੀਮਤ 3 ਕਰੋੜ ਰੁਪਇਆ ਮਾਰਕੀਟ ਵੈਲਿਊ ਆ। ਸੋ 3 ਕਰੋੜ ਰੁਪਏ ਦੀ ਗਿਫਟ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਨੇ ਆਪਣੀ ਹੀ ਕੀ ਕਹਿੰਦੇ ਹੁੰਦੇ ਆ ਕਿ ਨਨਾਣ ਤੋਂ ਲਈ। ਅਗਰ ਭਰਜਾਈ
ਨਨਾਣ ਨੂੰ ਦੇ ਦਿੰਦੀ ਸ਼ਾਇਦ ਤਾਂ ਸਮਝ ਆਉਂਦੀ ਸੀਗੀ, ਲੇਕਿਨ ਨਨਾਣ ਤੋਂ ਭਾਬੀ ਨੂੰ ਗਿਫਟ ਆਉਣੀ ਕੁਆਇਟ ਅਨਅੰਡਰਸਟੈਂਡੇਬਲ ਹੈ। ਸੋ ਮੇਰੇ ਹਿਸਾਬ ਦੇ ਨਾਲ ਇਹ ਬੇਨਾਮੀ ਟ੍ਰਾਂਜੈਕਸ਼ਨ ਹੈਗੀ, ਔਰ ਇਸ ਬੇਨਾਮੀ ਟ੍ਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਾਤ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ, ਕਿਉਂਕਿ ਇਹ ਜ਼ਮੀਨ ਅਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤ ਮਾਨ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀਗੀ, ਉਹ ਵੀ ਬੇਨਾਮੀ ਸੀਗੀ, ਔਰ ਉਹਨਾਂ ਦਾ ਉਸ ਜ਼ਮੀਨ ਦਾ ਠੇਕਾ ਲਗਾਤਾਰ ਅਗਰ ਫਿਰ ਇਨਵੈਸਟੀਗੇਸ਼ਨ ਹੋਵੇਗੀ ਤਾਂ ਪਿੰਡ ਵਾਲੇ ਸਾਰੇ ਗਵਾਹੀਆਂ ਦੇਣਗੇ, ਪਤਾ ਲੱਗ ਜਾਊਗਾ, ਬੈਂਕ ਅਕਾਊਂਟਸ ਚੈੱਕ ਕੀਤੇ ਜਾਣਗੇ, ਉਹ ਸਾਰਾ ਠੇਕਾ ਉਸ ਜ਼ਮੀਨ ਦਾ ਪਿਛਲੇ ਕੁਝ ਸਾਲਾਂ ਤੋਂ ਭਗਵੰਤ ਮਾਨ ਦੇ ਆਪਣੇ ਅਕਾਊਂਟ ਵਿੱਚ ਜਾਂ ਇਹਦੇ ਮਦਰ ਦੇ ਅਕਾਊਂਟ ਵਿੱਚ ਲਗਾਤਾਰ ਆਉਂਦਾ ਪਾਇਆ ਜਾਵੇਗਾ। ਦੈਟ ਇਜ਼ ਏ ਮੈਟਰ ਆਫ ਇਨਵੈਸਟੀਗੇਸ਼ਨ ਨਾਓ, ਕੋਈ ਇੰਡੀਵਿਜੁਅਲ ਇਸ ਦੇ ਬਾਰੇ ਕੋਈ ਖੁਲਾਸਾ ਜਾਂ ਇੰਨੀ ਡਿਟੇਲ 'ਚ ਇਨਵੈਸਟੀਗੇਸ਼ਨ ਨਹੀਂ ਕਰਕੇ ਦੱਸ ਸਕਦਾ, ਤਾਂ ਕਰਕੇ ਮੈਂ ਇਹ ਗਵਰਨਰ ਨੂੰ ਚਿੱਠੀ ਲੈ ਕੇ ਇਹ ਜਾਂਚ ਮੰਗੀ। ਨੰਬਰ ਇੱਕ। ਨੰਬਰ ਦੋ, ਇੱਥੇ ਇੱਕ ਜਨਰਲ ਪੁਆਇੰਟ ਉੱਠਦਾ ਵਾ ਕਿ ਵਾਈ ਇਜ਼ ਦੀ ਪੰਜਾਬ ਸਟੇਟ ਅਲਾਇੰਗ ਮੈਸਿਵ ਅਮਾਊਂਟ ਆਫ ਸਰਕੂਲੇਸ਼ਨ ਇਨ ਰੀਅਲ ਸਟੇਟ ਡੀਲਿੰਗਸ ਇਨ ਬਲੈਕ ਮਨੀ। ਸਮਝੋ ਹੁਣ ਜਦ ਇਹ ਮਾਰਕੀਟ ਵੈਲਿਊ ਇਸ ਜ਼ਮੀਨ ਦੀ ਆ, ਅਸੀਂ ਕਹਿ ਰਹੇ ਹਾਂ ਕਿ 70 ਲੱਖ ਰੁਪਈਆ ਹੈ ਇੱਕ ਕਿੱਲੇ ਦਾ, ਅਤੇ ਲਗਭਗ 3 ਕਰੋੜ ਰੁਪਏ ਦੀ ਇਹ ਮਾਰਕੀਟ ਵੈਲਿਊ ਇਸ ਜ਼ਮੀਨ ਦੀ ਹੱਥ ਚਲਾ ਦਿਓ, ਮਾਈਕ 'ਚ ਚੱਲ ਸਕਦਾ ਕੋਈ ਪਲੀਜ਼, ਕਰਨ ਤੁਸੀਂ ਇੱਧਰੋਂ ਦੇਖ ਕੇ ਚਲਾ ਦਿਓ ਜ਼ਰਾ, ਮਿੰਦੀ ਕਿਸੇ ਨੂੰ ਕਹੋ ਜੇ, ਅਤੇ ਉਹਦੇ 'ਚ ਸਟੈਂਪ ਡਿਊਟੀ ਕਿੰਨੀ ਲਾਈ ਜਾ ਰਹੀ ਆ, ਕਲੈਕਟਰ ਰੇਟ ਕਿੰਨਾ ਰੱਖਿਆ ਗਿਆ, 67,70,000 ਰੁਪਇਆ, ਅਤੇ ਇਹਦਾ ਮਤਲਬ ਆ ਕਿ ਬਾਕੀ ਦਾ ਜਿਹੜਾ ਸਾਰਾ ਪੈਸਾ ਘੁੰਮ ਰਿਹਾ ਵਾ ਲਗਭਗ 2.5 ਕਰੋੜ ਦੇ ਲਾਗੇ, ਉਹ ਕਾਲਾ ਧਨ ਹੈ, ਅਤੇ ਫਿਰ ਨੋਟਬੰਦੀ ਕਰਨ ਦਾ ਕੀ ਫਾਇਦਾ ਹੋਇਆ ਜੇ ਕਾਲਾ ਧਨ ਇੱਦਾਂ ਹੀ ਸਰਕੂਲੇਟ ਕਰਨਾ ਸੀ। ਹਾਲਾਂਕਿ ਉਹ ਇਕੱਲਾ ਇਹਨਾਂ ਦੇ ਨਾਲ ਪੁਆਇੰਟ ਨਹੀਂ ਢੁੱਕਦਾ, ਤੁਸੀਂ ਘੱਟੋ ਘੱਟ ਕੰਪਲੀਟ ਰੀਅਲ ਇਸਟੇਟ ਡੀਲਸ ਸ਼ੁੱਡ ਬੀ ਇਨ ਵਾਈਟ ਮਨੀ, ਕੰਪਲੀਟ ਬਾਏ ਚੈੱਕ ਪੇਮੈਂਟ ਹੋਣੀ ਚਾਹੀਦੀ ਹੈ। ਸਾਡੇ ਆਮ ਤੌਰ 'ਤੇ ਚੱਲ ਰਿਹਾ ਇੱਥੇ ਪ੍ਰਚਲਿਤ ਆ ਕਿ ਫਰਜ਼ ਕਰੋ 1 ਕਰੋੜ ਰੁਪਏ ਦਾ ਸੌਦਾ, 50 ਲੱਖ ਰੁਪਇਆ ਕੈਸ਼ ਅਤੇ 50 ਲੱਖ ਰੁਪਇਆ ਵਾਈਟ ਵਿੱਚ ਦਿੱਤਾ ਜਾਂਦਾ, ਕਈ ਵਾਰੀ 40 ਲੱਖ ਰੁਪਇਆ ਕੈਸ਼ ਵਾਈਟ ਵਿੱਚ ਅਤੇ 60 ਲੱਖ ਰੁਪਇਆ ਕੈਸ਼। ਇੱਕ ਤਾਂ ਇਹ ਬੰਦ ਹੋਣਾ ਚਾਹੀਦਾ ਵਾ, ਅਦਰਵਾਈਜ਼ ਬਲੈਕ ਮਨੀ ਨੋਟਬੰਦੀ ਦਾ ਪਰਪਸ ਡਿਫੀਟ ਹੋ ਜਾਂਦਾ। ਇਹ ਇਕੱਲੇ ਇਸ ਡੀਲ ਨਾਲ ਨਹੀਂ ਗਾ, ਇਹ ਇੱਕ ਜਨਰਲ ਸੁਝਾਓ ਆ। ਹਾਂ, ਰੌਲਾ ਇਹ ਹੁੰਦਾ ਕਿ ਕਿਉਂਕਿ ਵਾਈਟ ਮਨੀ ਬਹੁਤ ਜ਼ਿਆਦਾ ਸ਼ੋਅ ਕਰਨਾ ਵਾ, ਇੱਕ ਮੁਸ਼ਕਲ ਉਹ ਹੁੰਦੀ ਆ, ਅਤੇ ਦੂਸਰਾ ਸਟੈਂਪ ਡਿਊਟੀ ਨਾਲ ਸਾਡੇ ਉੱਤੇ ਲੱਗ ਜਾਵੇ ਜ਼ਿਆਦਾ, ਅਤੇ ਇਹ ਸਟੈਂਪ ਡਿਊਟੀ ਜਿਹੜੀ ਆ ਉਹਦੀ ਘਟਾਈ ਜਾ ਸਕਦੀ ਆ, ਤਾਂ ਕਿ ਲੋਕਾਂ ਨੂੰ ਉਹਦੇ 'ਤੇ ਜ਼ਿਆਦਾ ਸਟੈਂਪ ਡਿਊਟੀ ਅਦਾ ਨਾ ਕਰਦੇ। ਇਹ ਇੱਕ ਅਲੱਗ ਨੁਕਤਾ, ਪਰ ਆਹ ਜਿਹੜਾ ਮੇਰੇ ਕੋਲ ਬੇਨਾਮੀ ਟ੍ਰਾਂਜੈਕਸ਼ਨ ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਨੇ, ਔਰ ਆਹ ਇੱਥੇ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੇ ਭੂਆ ਜੀ ਤਹਿਸੀਲ ਦੇ ਵਿੱਚ ਹਾਜ਼ਰ ਹੋ ਕੇ 20 ਮਈ ਨੂੰ ਆਪਣੀ ਰਜਿਸਟਰੀ ਕਰਾ ਰਹੇ ਨੇ, ਹੇਵਾ ਕਰਾ ਰਹੇ ਨੇ, ਗਿਫਟ ਦੇ ਰਹੀ ਆ, ਇੱਕ ਨਨਾਣ ਆਪਣੀ ਭਾਬੀ ਨੂੰ ਗਿਫਟ ਦੇ ਰਹੀ ਆ, ਅਤੇ ਭਗਵੰਤ ਮਾਨ ਦਾ ਇਹਨਾਂ ਤੋਂ ਬਣਦਾ ਦੱਸਣਾ ਕਿ ਉਹ ਜਿਹੜਾ ਪਾਵਾਂਗੇ 67,70,000 ਸਰਕਾਰੀ ਕੀਮਤ ਆ, ਪਰ ਕੀਮਤ ਤਾਂ ਸਾਰੀ ਦੁਨੀਆ ਜਾਣਦੀ ਕਿ ਮਾਰਕੀਟ ਵੈਲਿਊ ਉੱਥੇ 70 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਦੀ ਜ਼ਮੀਨ ਆ, ਉਹ 3 ਕਰੋੜ ਰੁਪਇਆ ਇਹਨਾਂ ਨੇ ਆਪਣੀ ਭੂਆ ਤੋਂ ਲਿਆ ਜਿਹੜਾ ਦੀ ਗਿਫਟ ਲਈ ਆ, ਉਹ ਕਾਹਦੇ ਵਿੱਚ ਲਈ ਆ, ਕੀ ਉਹਨਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਕਿਸੇ ਤਰ੍ਹਾਂ ਦਾ, ਕੋਈ ਉਹਨਾਂ ਨੂੰ ਬਿਜ਼ਨਸ ਕੋਈ ਗਵਰਨਮੈਂਟ ਫੇਵਰ ਦਿੱਤਾ ਗਿਆ, ਇਹ ਨਾਓ ਦਿਸ ਬਿਕਮਸ ਏ ਮੈਟਰ ਆਫ ਇਨਕੁਆਇਰੀ ਐਂਡ ਪ੍ਰੋਪਰ ਇਨਵੈਸਟੀਗੇਸ਼ਨ। ਦੂਸਰਾ ਮੁੱਦਾ ਹੈਗਾ ਕਿ ਇੱਕ ਇਹਨਾਂ ਦਾ ਹੋਰ ਉਹ ਦੂਸਰੀ ਭੂਆ ਦਾ ਬੇਟਾ ਵਾ ਗੁਰਜੀਤ ਸਿੰਘ, ਪੁੱਤਰ ਜੱਗਰ ਸਿੰਘ, ਪਿੰਡ ਫਤਿਹਗੜ੍ਹ ਖੋਖਰ, ਇੱਧਰ ਸੰਗਰੂਰ ਜ਼ਿਲ੍ਹੇ 'ਚ ਪੈਂਦਾ, ਰਹਿੰਦੇ ਸ਼ਾਇਦ ਉਹ ਸੰਗਰੂਰ ਸ਼ਹਿਰ ਵਿੱਚ ਨੇ। ਉਹਨਾਂ ਨੇ ਜਾ ਕੇ ਸਤੌਜ ਪਿੰਡ ਵਿੱਚ ਲਗਭਗ ਅਗੇਨ 5 ਏਕੜ ਜ਼ਮੀਨ ਸਤੌਜ ਪਿੰਡ ਵਿੱਚ, ਭਗਵੰਤ ਮਾਨ ਦਾ ਜਿਹੜਾ ਮੇਨ ਜੱਦੀ ਪਿੰਡ ਹੈਗਾ, ਉਹਦੇ ਭੂਆ ਦਾ ਬੇਟਾ ਖਰੀਦਿਆ। ਇਹ ਵੀ 2023 ਵਿੱਚ ਹੀ ਆ, ਦੋਨੋਂ
ਦੋਨੋਂ ਟ੍ਰਾਂਜੈਕਸ਼ਨ 2023 ਦੇ ਵਿੱਚ ਹੀ ਹੈ, ਤਾਂ ਇਹ ਜਿਹੜਾ ਰਕਬਾ ਵਾ ਇਹ ਆਲਮੋਸਟ ਇਹ ਵੀ 38.12 ਮਰਲੇ ਹੈ। ਹੁਣ ਇਹਦੀ ਵੀ ਜਿਹੜੀ ਮਾਰਕੀਟ ਵੈਲਿਊ ਆ ਉਹ ਕਾਫੀ ਜ਼ਿਆਦਾ ਵਾ ਅਤੇ ਉਹਦੀ ਵੀ ਰਜਿਸਟਰੀ ਘੱਟ ਕੀਤੀ ਗਈ ਹੈ। ਔਰ ਪੂਆ ਦਾ ਬੇਟਾ ਭਗਵੰਤ ਮਾਨ ਦੇ ਪਿੰਡ ਜਾ ਕੇ ਜ਼ਮੀਨ ਖਰੀਦਦਾ, ਲੇਕਿਨ ਠੇਕਾ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਜੀ ਲੈ ਰਹੇ ਨੇ। ਇਹ ਇਸਟੈਬਲਿਸ਼ਡ ਫੈਕਟ ਹੈ। ਅਗਰ ਕੋਈ ਜਾ ਕੇ ਪਿੰਡ 'ਚ ਮਾੜਾ ਮੋਟਾ ਤਹਿਕੀਕਾਤ ਕਰੇਗਾ, ਉਸ ਠੇਕੇਦਾਰ ਦਾ ਨਾਮ ਸ਼ਾਇਦ ਕੁਲਵਿੰਦਰ ਸਿੰਘ ਹੈ, ਪੁੱਤਰ ਕੇਵਲ ਸਿੰਘ ਆ, ਪਿੰਡ ਸਤੌਜ ਦਾ ਰਹਿਣ ਵਾਲਾ, ਉਹ ਇਹਨਾਂ ਦੀ ਜ਼ਮੀਨ ਦੀ ਠੇਕ ਵਾਹੀ ਕਰਦਾ, ਕਿਉਂਕਿ ਗੁਰਜੀਤ ਨੇ ਆਪ ਵਾਹੀ ਨਹੀਂ ਕੀਤੀ, ਇਹਦੇ ਭੂਆ ਦੇ ਮੁੰਡੇ ਨੇ, ਪੁੱਤਰ ਜੱਗਰ ਸਿੰਘ ਨੇ, ਉਹਨੇ ਠੇਕੇ ਦੇ ਅੱਗੇ ਦਿੱਤੀ, ਔਰ ਠੇਕੇ ਦਾ ਪੈਸਾ ਜਿਹੜਾ ਵਾ ਉਹ ਚੀਫ ਮਿਨਿਸਟਰ ਦੇ ਪਰਿਵਾਰ ਦੇ। ਸੋ ਇਨ ਅਦਰ ਮੈਟਰਸ ਇਹ ਵੀ ਬੇਨਾਮੀ ਟ੍ਰਾਂਜੈਕਸ਼ਨ ਨਜ਼ਰ ਆ ਰਹੀ ਹੈ ਸਾਨੂੰ। ਔਰ ਮੈਂ ਜਿਹੜੀ ਗੱਲਾਂ ਇਹ ਕਹਿ ਰਿਹਾ ਇਹ ਮੈਂ ਡਾਕੂਮੈਂਟਸ ਨੂੰ ਸਪੋਰਟ ਕਰਕੇ ਗਵਰਨਰ ਪੰਜਾਬ ਨੂੰ ਦੋਨੋਂ ਚਿੱਠੀਆਂ ਲਿਖ ਦਿੱਤੀਆਂ ਨੇ। ਮੈਨੂੰ ਉਮੀਦ ਆ ਕਿ ਚੀਫ ਮਿਨਿਸਟਰ ਸਾਹਿਬ ਦਾ ਪਰਿਵਾਰ ਇਹਦੇ 'ਤੇ ਆਪਣਾ ਪੱਖ ਪੂਰਾ ਕਲੀਅਰ ਕਰੇਗਾ, ਕਿਉਂਕਿ ਇਹ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੈਗਾ, ਇਹ ਬਹੁਤ ਅਹਿਮ ਅਹੁਦਾ ਪੰਜਾਬ ਦੇ ਲੋਕਾਂ ਵਾਸਤੇ। ਅਗਰ ਇੱਦਾਂ ਹੀ ਅਸੀਂ ਗਿਫਟਾਂ ਲੈਣ ਲੱਗੇ ਤਾਂ ਫਿਰ ਪਤਾ ਨਹੀਂ ਕਿੰਨੀਆਂ ਹੋਰ ਗਿਫਟਾਂ ਜਾ ਰਹੀਆਂ। ਤੀਸਰਾ ਨੁਕਤਾ ਕਿ ਪਿਛਲੇ 2 ਸਾਲ ਵਿੱਚ ਪਤਾ ਲੱਗਿਆ ਵਾ ਭਗਵੰਤ ਦੇ ਮਾਤਾ ਜੀ, ਸ਼ਾਇਦ ਜੋ ਮੈਂ ਕਹਿ ਰਿਹਾ ਹੁਣ ਅਗੇਨ ਸਬਜੈਕਟ ਟੂ ਕਰੈਕਸ਼ਨ ਹੈ, ਉਹ ਤਾਂ ਇਹੀ ਕਲੈਰੀਫਾਈ ਕਰਨਗੇ, ਪੰਜਾਬ ਸਰਕਾਰ ਵਾਈਟ ਪੇਪਰ ਇਸ਼ੂ ਕਰ ਦੇਵੇ ਜਾਂ ਦੱਸ ਦੇਵੇ ਕਿ ਇਹਨਾਂ ਦੇ ਮਦਰ ਔਰ ਇਹਨਾਂ ਦੇ ਸਿਸਟਰ ਜਿਹੜੇ ਮਨਪ੍ਰੀਤ ਆ ਉਹ ਆਸਟ੍ਰੇਲੀਆ ਕਿੰਨੀ ਵਾਰੀ ਗਏ ਨੇ। ਮੇਰੇ ਜਾਣਕਾਰੀ ਮੁਤਾਬਕ ਇਹ 11 ਵਾਰੀ ਆਸਟ੍ਰੇਲੀਆ ਵਿਜ਼ਿਟ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ, ਔਰ ਇਸ ਵਿਜ਼ਿਟ ਦੇ ਦੌਰਾਨ ਇਹ ਵੱਖ ਵੱਖ ਉੱਥੇ ਰੀਅਲ ਇਸਟੇਟ ਏਜੰਟਸ ਨੂੰ ਮਿਲਦੇ ਨੇ। ਇੱਕ ਸਧਾਰਨ ਹਾਊਸਵਾਈਫ ਜਿਹੜੀ ਕਹਿੰਦੀ ਬੀਬੀ ਕਿ ਮੈਂ ਮਾਸਟਰ ਮਹਿੰਦਰ ਸਿੰਘ ਦੀ ਪੈਨਸ਼ਨ 'ਤੇ ਜੀਂਦੀ ਹਾਂ, ਆਈ ਐਮ ਕੁਆਇਟ ਸ਼ੋਰ ਕਿ ਉਹ ਇਸ ਤਰ੍ਹਾਂ ਜਾ ਕੇ ਕਿਸੇ ਰੀਅਲ ਇਸਟੇਟ ਜਾਂ ਟੈਕਸੇਸ਼ਨ ਫਰਮਸ, ਕੋਈ KPG ਟੈਕਸੇਸ਼ਨ ਫਰਮ ਹੈ ਮੈਲਬੋਰਨ ਦੇ ਵਿੱਚ, ਇਹ ਉੱਥੇ ਜਾ ਕੇ ਉਹਨਾਂ ਦੇ ਦਫ਼ਤਰਾਂ ਨੂੰ ਵਿਜ਼ਿਟ ਕਰਨ ਦਾ ਤਾਂ ਕੋਈ ਔਰਤਾਂ ਦਾ ਮਕਸਦ ਨਹੀਂ ਹੈਗਾ ਮੇਰਾ ਖਿਆਲ ਹੈ। ਆਹ ਦੇਖ ਲਓ ਤੁਸੀਂ ਇਹਨਾਂ ਦੀਆਂ ਉੱਥੇ ਲੰਚ ਜਾਂ ਵਟਐਵਰ ਆਫਿਸਿਸ ਵਿਜ਼ਿਟ ਕੀਤੇ ਜਾ ਰਹੇ ਨੇ, ਔਰ ਆ ਇੱਦਾਂ ਉਹਨਾਂ ਤੋਂ ਆਹ ਤਾਂ ਚਲੋ ਫੁੱਲਾਂ ਦਾ ਗੁਲਦਸਤਾ ਹੀ ਆ, ਬਟ ਦੇਰ ਇਜ਼ ਸਮ ਮੀਨਿੰਗ ਟੂ ਇਟ। ਇੱਕ ਸਧਾਰਨ ਚੀਫ ਮਿਨਿਸਟਰ ਦੀ ਮਾਤਾ ਜੀ ਜਿਹੜੀ ਹਾਊਸਵਾਈਫ ਹੈ, ਉਹਦਾ ਆਸਟ੍ਰੇਲੀਆ ਮੈਲਬਰਨ ਦੇ ਵਿੱਚ ਰੀਅਲ ਇਸਟੇਟ ਦੀਆਂ ਫਰਮਾਂ ਵਿੱਚ, ਟੈਕਸੇਸ਼ਨ ਫਰਮਾਂ ਵਿੱਚ ਦਫ਼ਤਰਾਂ 'ਚ ਵਿਜ਼ਿਟ ਕਰਨਾ, ਬੁਕੇਜ਼ ਰਿਸੀਵ ਕਰਨੇ, ਦੈਟ ਮੀਨਸ ਸਮਥਿੰਗ ਇਜ਼ ਹੈਪਨਿੰਗ ਅਗੇਨ। ਇਹਦੇ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕਰਾਂਗੇ ਚੰਗੇ ਤਰੀਕੇ ਨਾਲ। ਆਈ ਐਮ ਗੈਦਰਿੰਗ ਪ੍ਰੋਪਰ ਡਾਕੂਮੈਂਟਡ ਪਰੂਫ ਫਰੋਮ ਓਵਰਸੀਜ਼, ਬਟ ਬਿਫੋਰ ਆਈ ਗੋ ਟੂ ਦੈਟ ਐਕਸਟੈਂਟ, ਮੈਂ ਅੱਜ ਤੁਹਾਡੇ ਜ਼ਰੀਏ, ਮੀਡੀਆ ਦੇ ਜ਼ਰੀਏ, ਸਾਰੇ ਦੁਨੀਆਂ 'ਚ ਲੋਕਾਂ ਨੂੰ ਬੈਠਣਾ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਰੋਜ਼ ਕਿ ਅਸੀਂ ਕੱਟੜ ਇਮਾਨਦਾਰ ਹਾਂ, ਉਹ ਫੈਕਟ ਤਾਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਦਰ ਕਰਕੇ ਇਸਟੈਬਲਿਸ਼ ਕਰਤਾ, ਜ਼ਮਾਨਤਾਂ ਰਿਜੈਕਟ ਕਰਤੀਆਂ, ਪਟੀਸ਼ਨਾਂ ਰਿਜੈਕਟ ਕਰਤੀਆਂ, ਉੱਥੇ ਉਹ ਪਾਏ ਗਏ ਨੇ ਕਿ ਦੇ ਹੈਵ ਬੀਨ ਕਰਪਟ। ਅਗਰ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਕੀਤਾ, ਉਹੀ ਦਿੱਲੀ ਦਾ ਲਿਕਰ ਮਾਡਲ ਹੈਜ਼ ਬੀਨ ਰੈਪਲੀਕੇਟਡ ਇਨ ਪੰਜਾਬ, ਦੇ ਵਿਲ ਬੀ ਆਲਸੋ ਫਾਊਂਡ ਟੂ ਬੀ ਥਰਲੀ ਕਰਪਟ ਪੀਪਲ। ਇਹਦੇ ਤੋਂ ਇਲਾਵਾ ਮੋਰੈਲਿਟੀ ਪੋਲੀਟਿਕਸ ਵਿੱਚ ਬਹੁਤ ਜ਼ਿਆਦਾ ਲਾਜ਼ਮੀ ਸੀਗੀ, ਜਿਹੜੀ ਕਿ ਇਹਨਾਂ ਨੇ ਇੱਦਾਂ ਛਿੱਕੇ 'ਤੇ ਟੰਗੀ ਕਿ ਇਹਨਾਂ ਨਾਲ ਉਹ ਜ਼ਿਆਦਾ ਬੇਸ਼ਰਮ ਬੰਦੇ ਨਹੀਂ ਹੋਣ ਕਰੇਗੇ। ਕਟਾਰੂ ਚੱਕ ਦਾ ਮਸਲਾ ਲੈ ਕੇ ਆਏ ਸੀ ਪਬਲਿਕ ਡੋਮੇਨ 'ਚ, ਉਹਦੀਆਂ ਵੀਡੀਓਜ਼ ਗਵਰਨਰ ਪੰਜਾਬ ਨੇ ਵੈਰੀਫਾਈ ਕੀਤੀਆਂ ਫਰੋਮ ਫੋਰੈਂਸਿਕ ਲੈਬਸ, ਉਹਦੀਆਂ ਵੀਡੀਓਜ਼ ਉਹਨੇ ਲਿਖ ਕੇ ਭੇਜ ਦਿੱਤੀਆਂ ਚੀਫ ਮਿਨਿਸਟਰ ਨੂੰ ਕਿ ਇਸ ਤਰ੍ਹਾਂ ਦੇ ਇਮੋਰਲ ਮਿਨਿਸਟਰ ਨੂੰ ਹਟਾਇਆ ਜਾਵੇ, ਪਰ ਕਟਾਰੂ ਚੱਕ ਸਾਹਿਬ ਨਹੀਂ ਹਟਾਏ ਗਏ, ਕਿਉਂਕਿ ਸ਼ਾਇਦ ਆਮ ਆਦਮੀ ਵਾਸਤੇ ਕੋਈ ਕਿਸੇ ਬੱਚੇ ਦੀ, ਨੌਜਵਾਨ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨਾ ਕੋਈ ਐਡਾ ਇਮੋਰਲ ਐਕਟ ਨਹੀਂਗਾ। ਫਿਰ ਇੱਕ ਮਿਨਿਸਟਰ ਦੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਆਉਂਦੀ ਆ, ਬਲਕਾਰ ਸਿੰਘ ਜਿਹੜਾ ਕਰਤਾਰਪੁਰ ਤੋਂ ਆ, ਉਹਦੀ ਇੱਕ ਬੜੀ ਅਸ਼ਲੀਲ ਵੀਡੀਓ, ਚਾਹੇ ਉਹ ਆਪਣੇ ਆਪ ਦੇ ਵਿੱਚ ਇਕੱਲੇ ਵਿੱਚ ਸੀਗੀ, ਬਟ ਉਹਦਾ ਕੰਡਕਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਫੇਸ ਟਾਈਮ ਦੇ ਉੱਤੇ ਵੀਡੀਓ ਦੇ ਨਾਲ ਕਿ ਕਿੱਦਾਂ ਕਿੱਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ,
ਪਰ ਬੜੇ ਸੋਹਣੇ ਢੀਟ ਬਣ ਕੇ, ਬੜੇ ਸੋਹਣੇ ਇੱਕ ਦੂਜੇ ਨਾਲ ਮਿਲਦੇ ਨੇ ਗਲੇ, ਬੜੇ ਸੋਹਣੇ ਕੈਬਨਿਟ 'ਚ ਬੈਠਦੇ ਹੋਣਗੇ, ਬੜੇ ਸੋਹਣੇ ਅਫਸਰ ਉਹਨਾਂ ਦੇ ਮੂੰਹ ਲੱਗਦੇ ਨੇ। ਆਈ ਐਮ ਕੁਆਇਟ ਸਰਪ੍ਰਾਈਜ਼ ਕਿ ਅਫਸਰਸ ਇਹਨਾਂ ਮਿਨਿਸਟਰਸ ਦੇ ਮੂੰਹ ਕਿੱਦਾਂ ਲੱਗਦੇ ਹੋਣਗੇ। ਸੋ ਟੁਡੇ ਦ ਇੰਟਾਇਰ ਇਸ਼ੂ ਇਜ਼ ਬੋਥ ਆਫ ਕੋਰਸ ਬੇਨਾਮੀ ਟ੍ਰਾਂਜੈਕਸ਼ਨਸ ਐਂਡ ਆਲਸੋ ਰਿਲੇਟਿਡ ਟੂ ਪ੍ਰੋਪਰਾਇਰਟੀ ਇਨ ਪੋਲੀਟਿਕਸ, ਅਪਹੋਲਡਿੰਗ ਐਥਿਕਸ ਐਂਡ ਮੋਰੈਲਿਟੀ ਇਨ ਪੋਲੀਟਿਕਸ। ਕੀ ਪੰਜਾਬ ਇਸੇ ਦਿਸ਼ਾ ਵਿੱਚ ਜਾਵੇਗਾ, ਬੇਸ਼ਰਮੀ ਨਾਲ ਚੱਲੇਗਾ? ਔਰ ਕਦੀ ਚੀਫ ਮਿਨਿਸਟਰ ਨੇ ਕਦੀ ਕਟਾਰੂ ਚੱਕ ਦੇ ਮਸਲੇ 'ਤੇ ਕਿਸੇ ਮੀਡੀਆ ਨੇ ਉਹਨਾਂ ਨੂੰ ਪੰਜਾਬ ਤੱਕ ਅੱਜ ਤੱਕ ਇੱਕ ਸਵਾਲ ਨਹੀਂ ਪੁੱਛਿਆ ਕਿ ਕਟਾਰੂ ਚੱਕ ਦੇ ਮਸਲੇ 'ਤੇ ਤੁਸੀਂ ਉਹਦਾ ਅਸਤੀਫਾ ਕਿਉਂ ਨਹੀਂ ਮੰਗਿਆ? ਪਿਛਲੇ ਡੇਢ ਸਾਲ ਤੋਂ ਕਿਸੇ ਮੀਡੀਆ ਹਾਊਸ ਨੇ ਇੱਕ ਕੁਸਚਨ ਵੀ ਨਹੀਂ ਪੁੱਛਿਆ ਚੀਫ ਮਿਨਿਸਟਰ ਨੂੰ। ਔਰ ਮੈਂ ਉਮੀਦ ਕਰਦਾ ਕਿ ਘੱਟੋ ਘੱਟ ਆਹ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਤੁਲਕ ਰੱਖਣ ਵਾਲੇ ਬੇਨਾਮੀ ਟ੍ਰਾਂਜੈਕਸ਼ਨ ਸਰਫੇਸ ਹੋਏ ਨੇ ਔਰ ਡਾਕੂਮੈਂਟਡ ਪਰੂਫ ਹੈ, ਗਵਰਨਰ ਪੰਜਾਬ ਦੇ ਕੋਲ ਚਿੱਠੀ ਜਾ ਚੁੱਕੀ ਆ, ਆਈ ਐਮ ਕੁਆਇਟ ਸ਼ੋਰ ਕਿ ਘੱਟੋ ਘੱਟ ਇਹਦੇ ਬਾਰੇ ਉਹ ਪੂਰਾ ਜਵਾਬ ਦੇਣਗੇ ਔਰ ਇਹਦੀ ਜਾਂਚ। ਜਵਾਬ ਦੇਣਾ ਇੱਕ ਗੱਲ ਹੈ ਕਿ ਮੈਂ ਜੀ ਇਹ ਮੈਨੂੰ ਗਿਫਟ ਦਿੱਤੀ ਇਹਦਾ ਅਲਾਊਡ ਆ, ਹਿਬਾ ਮੇ ਬੀ ਅਲਾਊਡ, ਬਟ ਚੀਫ ਮਿਨਿਸਟਰ ਗੈਟਿੰਗ ਅ ਗਿਫਟ ਵਰਥ 3 crores ਆਫ ਮਾਰਕੀਟ ਵੈਲਿਊ ਲੈਂਡ, ਦੇਰ ਇਜ਼ ਸਮਥਿੰਗ ਹੈਪਨਿੰਗ ਬਿਲੋ ਦ ਟੇਬਲ, ਜਿਹੜੀ ਕਿ ਇਕੱਲੀ ਕੋਈ ਨਿਰਪੱਖ ਜਾਂਚ ਇਸ ਨੂੰ ਇਨਵੈਸਟੀਗੇਟ ਕਰਕੇ ਸਹੀ ਲੈ ਕੇ ਆ ਸਕਦੇ। ਨਿਤ ਦਿਨ ਸਾਰੀਆਂ ਦੀਆਂ ਸੰਪੱਤੀਆਂ ਦੀ ਜਾਂਚ ਕਰਕੇ ਇਹੀ ਕਹਿੰਦੇ ਨੇ ਕਿ ਜੀ ਬੇਨਾਮੀ ਫੜ ਲਈ ਜੀ, ਬੇਨਾਮੀ ਫੜ ਲਈ ਜੀ। ਮੇਰੇ ਆਪਣੇ ਪਰਿਵਾਰ ਦੇ ਜਿਹੜੇ ਸਾਡੇ ਆਪਸ ਵਿੱਚ ਤਬਾਦਲੇ ਸੀ, ਤਬਾਦਲੇ ਕੈਨ ਯੂ ਇਮੈਜਿਨ, 52 ਸਾਲ ਪੁਰਾਣੇ 1972 ਦਾ ਤਬਾਦਲਾ, ਜਦੋਂ ਮੇਰੀ ਉਮਰ 6-7 ਸਾਲ ਸੀਗੀ, ਮੇਰੇ 'ਤੇ FIR ਦਰਜ ਕੀਤੀ ਗਈ ਸੀ ਭੁਲੱਥ ਵਿੱਚ, ਤੁਹਾਨੂੰ ਯਾਦ ਹੋਵੇ, ਜਿਹਦੇ 'ਚ ਮੈਨੂੰ ਐਂਟੀਸਪੇਟਰੀ ਬੇਲ ਕੰਡਰ, ਔਰ ਭਗਵੰਤ ਮਾਨ ਡਿਡ ਨੋਟ ਈਵਨ ਸਪੇਅਰ ਹਿਸ ਪੁਲਿਸ। ਮਾਈ ਐਲਡੈਸਟ ਸਿਸਟਰ ਜਿਹੜੇ ਕਿ 72 ਸਾਲ ਦੇ ਹਨ, ਜਿਹੜੇ ਕਿ ਵਿਡੋ ਨੇ, ਜਿਹਨਾਂ ਦੇ ਹਸਬੈਂਡ ਨੇਵੀ ਵਿੱਚ ਕੈਪਟਨ ਰਿਟਾਇਰ ਹੋਏ ਸੀਗੇ, ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ, ਉਹਨਾਂ ਨੂੰ 420 ਵਿੱਚ ਮੇਰੇ ਨਾਲ ਬੁੱਕ ਕੀਤਾ, ਕਿਉਂਕਿ ਹੁਣ ਇਹ ਕਹੋਗੇ ਕਿ ਤੁਸੀਂ ਔਰਤਾਂ ਤੱਕ ਗੱਲ ਲੈ ਗਏ, ਮੇਰੀ ਭੂਆ ਤੱਕ ਲੈ ਗਏ, ਮੇਰੇ ਮਾਤਾ, ਪਰ ਤੁਸੀਂ ਸਟਾਰਟ ਕੀਤਾ, ਤੁਸੀਂ ਮੇਰੀ ਸਭ ਤੋਂ ਵੱਡੀ ਭੈਣ ਨੂੰ 420 ਵਿੱਚ ਬੁੱਕ ਕਰਕੇ ਮਜਬੂਰ ਕੀਤਾ ਕਿ ਉਹ ਹਾਈਕੋਰਟ ਵਿੱਚ ਜਾ ਕੇ ਐਂਟੀਸਪੇਟਰੀ ਬੇਲ ਕਰਕੇ, ਨਹੀਂ ਤਾਂ ਉਹ ਵੀ ਜੇਲ੍ਹ 'ਚ ਹੋਣੀ ਸੀ ਵਿਚਾਰੀ, ਜਿੱਦਾਂ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਬੇਗੁਨਾਹ ਰੱਖਿਆ ਗਿਆ ਔਰ ਉਹ ਇੱਕ ਝੂਠਾ ਪਰਚਾ ਉਦਣ ਫਿਰ ਦਰਜ ਕੀਤਾ ਗਿਆ ਜਿੱਦਾਂ ਮੇਰੀ ਜ਼ਮਾਨਤ ਹਾਈਕੋਰਟ ਦੇ ਰਿਹਾ ਸੀਗਾ। ਸੋ ਪੰਜਾਬ ਬਦਕਿਸਮਤੀ ਨਾਲ ਇਹੋ ਜਿਹੇ ਹੱਥਾਂ ਵਿੱਚ ਆ ਗਿਆ ਜਿਹਨਾਂ ਨੂੰ ਨਾ ਕੋਈ ਸੂਬੇ ਦੀ ਪਰਵਾਹ ਵਾ, ਨਾ ਉਹਨਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਪਰਵਾਹ ਰਹਿ ਗਈ ਆ, ਉਹ ਤਾਂ ਬਸ ਹਿੱਕ ਠੋਕ ਕੇ ਇਹੀ ਕਹੀ ਜਾਂਦੇ ਆ ਕੱਟੜ ਇਮਾਨਦਾਰ ਦੇ ਕੱਟੜ ਇਮਾਨਦਾਰ, ਨਾ ਉਹਨਾਂ ਨੂੰ ਕੋਈ ਡਿਫੀਟ ਦੀ ਕੋਈ ਸ਼ਰਮ ਸੀਗੀ ਕਿ ਅਕਸਰ ਮੈਂ ਓਨ ਅਪ ਕਰਾਂ ਰਿਸਪੋਂਸੀਬਿਲਿਟੀ। ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਲਈਆਂ, ਟੋਟਲ ਦਿੱਲੀ 'ਚੋਂ ਸਾਫ਼ ਹੋ ਗਿਆ, ਟੋਟਲ ਗੋਆ 'ਚੋਂ ਸਾਫ਼ ਹੋ ਗਿਆ, ਟੋਟਲ ਹਰਿਆਣੇ 'ਚੋਂ ਸਾਫ਼ ਹੋ ਗਿਆ, 3 ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ, ਪਰਸੈਂਟੇਜ ਕਿਸੇ ਪੋਲੀਟੀਕਲ ਪਾਰਟੀ ਦੀ ਇੰਨੀ ਸ਼ਾਰਪਲੀ ਡਰੋਪ ਨਹੀਂ ਕੀਤੀ ਪੋਲੀਟਿਕਸ ਵਿੱਚ, 15% ਇੱਕ ਇਲੈਕਸ਼ਨ ਵਿੱਚ ਇੱਕ ਝਟਕੇ ਵਿੱਚ ਡਰੋਪ ਕਰ ਗਈ, ਬਟ ਦੇ ਕੁਆਇਟ ਕੰਫਰਟੇਬਲ ਵਿਦ ਇਟ, 93-92 ਤੋਂ 33 ਸੀਟਾਂ ਦੇ ਉੱਤੇ ਆ ਗਏ। ਸੋ ਇਸ ਕਰਕੇ ਇਹ ਤਾਂ ਹੁਣ ਉਹੀ ਦੱਸਣਗੇ ਕਿ ਕਿੱਧਰ ਨੂੰ ਜਾ ਰਹੇ, ਲੇਕਿਨ ਸਾਡੇ ਇੱਕ ਸਟੇਟ 'ਤੇ ਅੱਜ ਨਸ਼ਿਆਂ ਦਾ ਬਹੁਤ ਬੋਲਬਾਲਾ, ਤੁਸੀਂ ਦੇਖਿਆ ਕਿ ਪਿਛਲੇ ਚੰਦ ਦਿਨਾਂ ਵਿੱਚ 14 ਮੌਤਾਂ ਇਕੱਠੀਆਂ ਚਿੱਟੇ ਦੇ ਓਵਰਡੋਜ਼ ਨਾਲ ਹੋਈਆਂ, ਪਰ ਉਹਦੇ 'ਤੇ ਕੋਈ ਗਵਰਨਮੈਂਟ ਦਾ ਰਿਐਕਸ਼ਨ ਨਹੀਂ ਗਾ, ਸਿਰਫ DC SSP ਬੁਲਾ ਕੇ ਕਿ ਸਖਤੀ ਕਰ ਦਿਓ। ਔਰ ਇਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਵਿੱਚ ਮੇਰੇ ਖਿਆਲ ਬੱਚੇ ਇਕੱਠੇ ਕਰਕੇ ਅਤੇ ਇੱਕ ਸਮੂਹਕ ਸਹੁੰ ਖਵਾਈ ਸੀਗੀ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਨਹੀਂ ਕਰਾਂਗੇ, ਲੇਕਿਨ ਉਹਦਾ ਵੀ ਇੰਪੈਕਟ 0 ਨਜ਼ਰ ਆ ਰਿਹਾ। ਸਾਡੀ ਸਟੇਟ 'ਤੇ ਬੇਤਹਾਸ਼ਾ ਕਰਜ਼ਾ ਚੜ੍ਹ ਚੁੱਕਾ, 70,000 crore ਤੋਂ ਕਰਜ਼ਾ ਜ਼ਿਆਦਾ ਇਹਨਾਂ ਨੇ ਪਿਛਲੇ 2 ਸਾਲਾਂ 'ਚ ਐਡ ਕੀਤਾ ਵਾ, 2500 crore ਰੁਪਇਆ ਟੂ ਪੇ ਪੈਨਸ਼ਨਸ ਐਂਡ ਸੈਲਰੀਜ਼ ਆਫ ਇੰਪਲੋਈਜ਼ ਲਾਈਕ ਦ ਪੁਲਿਸ ਡਿਪਾਰਟਮੈਂਟ, ਇਲੈਕਸ਼ਨ ਦੇ ਦੌਰਾਨ ਚੱਕਿਆ ਗਿਆ ਸੀਗਾ। ਇਹ ਸਾਰਾ ਕੁਝ ਦਰਸਾਉਂਦਾ ਵਾ ਕਿ ਪੰਜਾਬ ਨੂੰ ਇੱਕ ਬੜੇ ਡੇਂਜਰਸ ਮੋਡ ਵੱਲ ਲੈ ਕੇ ਜਾ ਰਹੇ। ਔਰ ਜਿਹੜੇ ਮੈਂ ਇਸ਼ੂਜ਼ ਉਠਾਉਣਾ ਉਹਦਾ ਇਹਨਾਂ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਪਾਕਿਸਤਾਨ ਨਾਲ ਵਪਾਰਕ ਬਾਰਡਰ ਖੋਲ੍ਹਣ ਦਾ ਕਿਉਂ ਵਿਰੋਧ ਕਰ ਰਿਹਾ ਵਾ। BJP ਵਿਰੋਧ ਕਰੇ, ਉਹਦੇ ਪਾਕਿਸਤਾਨ ਤੋਂ ਤਾਲੁਕਾਤ ਠੀਕ ਨੇਗੇ,
ਉਹਨਾਂ ਦੀ ਸਮਝ ਆਉਂਦੀ। ਲੇਕਿਨ ਭਗਵੰਤ ਮਾਨ ਦੀ ਪਾਰਟੀ ਵੀ ਬੀਜੇਪੀ ਦੀ ਲਾਈਨ ਸਪੋਰਟ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲ੍ਹਣਾ ਚਾਹੀਦਾ, ਇਹ ਮੈਨੂੰ ਸਮਝ ਨਹੀਂ ਆਈ। ਅਗਰ ਖੁੱਲ੍ਹਦਾ ਵਾ ਬਾਰਡਰ ਤਾਂ ਸੈਂਟਰਲ ਏਸ਼ੀਅਨ ਮਾਰਕੀਟ ਬਹੁਤ ਵੱਡੀ ਆ, ਸਾਡਾ ਜਿਹੜਾ ਐਗਰੀਕਲਚਰ ਔਰ ਇੰਡਸਟਰੀਅਲ ਜਿਹੜਾ ਪ੍ਰੋਡਕਟਸ ਹੈਗੇ ਨੇ ਉਹਦੀ ਬਹੁਤ ਵੱਡੀ ਕਈ ਕਈ ਗੁਣਾ ਕੀਮਤਾਂ ਉੱਥੇ ਹੋ ਸਕਦੀਆਂ, ਪਰੰਤੂ ਉਹਨਾਂ ਨੂੰ ਇਸ ਗੱਲ ਦਾ ਵੀ ਨਿਸ਼ਚਿਤ ਕੀਤਾ। ਮੈਂ ਇੱਕ ਨੌਨ ਪੰਜਾਬੀਆਂ ਦੇ ਬਿੱਲ 'ਤੇ ਕਾਇਮ ਸਟੈਂਡ ਕੀਤਾ ਹੋਇਆ, ਜੋ ਮੈਂ ਕਿਹਾ ਸੀ ਇਲੈਕਸ਼ਨ ਦੇ ਦੌਰਾਨ ਉਹਦੇ 'ਤੇ ਖੜਾ ਵਾਂ। ਉਹ ਬਿੱਲ ਗੁਰਤਾਰ ਸਿੰਘ ਸੰਧਵਾਂ ਦੇ ਟੇਬਲ 'ਤੇ ਜਨਵਰੀ 2023 ਦਾ ਪਿਆ, ਔਰ ਮੈਂ ਕੋਈ ਨਵੀਂ ਗੱਲ ਨਹੀਂ ਕੀਤੀ। ਹਿਮਾਚਲ ਪ੍ਰਦੇਸ਼ ਨੇ ਇਹ ਲੋਅ ਬਣਾਇਆ ਕਿ ਕੋਈ ਵੀ ਨੌਨ ਹਿਮਾਚਲੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਨਾ ਉੱਥੇ ਜ਼ਮੀਨ ਖਰੀਦ ਸਕਦਾ, ਨਾ ਉੱਥੇ ਸਰਕਾਰੀ ਨੌਕਰੀ ਲੈ ਸਕਦਾ, ਨਾ ਉੱਥੇ ਵੋਟਰ ਬਣ ਸਕਦਾ। ਇਹੀ ਲੋਅ ਗੁਜਰਾਤ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਵਿੱਚ ਆਪ ਲਾਗੂ ਹੈ, ਉੱਥੇ ਲਾਗੂ ਹੀ ਨਹੀਂ ਗਾ। ਉੱਥੇ ਕੱਛ ਦੇ ਇਲਾਕੇ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉੱਥੋਂ ਇਹਨਾਂ ਨੇ ਉਹਨਾਂ ਦੀ ਜ਼ਮੀਨਾਂ 2010 ਵਿੱਚ ਖੋਲੀਆਂ ਨੇ, ਉਹਨਾਂ ਦੀ ਓਨਰਸ਼ਿਪ ਟਾਈਟਲ ਜਿਹੜਾ ਸੀ ਕੈਂਸਲ ਕਰ ਦਿੱਤਾ। ਇਕੱਲਾ ਆਉਣ 'ਤੇ ਨਹੀਂ ਰੋਕਿਆ, ਜਿਹੜੇ ਵਸੇ ਹੋਏ ਸੀ ਲਾਲ ਬਹਾਦੁਰ ਸ਼ਾਸਤਰੀ ਦੇ ਟਾਈਮ ਤੋਂ 1960 ਦੇ ਦਹਾਕੇ ਤੋਂ ਕਿਸਾਨਾਂ ਨੂੰ ਆਵਾਜ਼ ਲਾਈ ਗਈ ਸੀ ਕਿ ਕੱਛ ਦੇ ਜੰਗਲਾਂ ਨੂੰ ਆਬਾਦ ਕਰੋ ਅਤੇ ਇੱਥੇ ਆਪਣੀ ਖੇਤੀ ਕਰੋ। ਉਹ ਚਲੇ ਗਏ ਵਿਚਾਰੇ, ਉਹਨਾਂ ਨੇ 30-40 ਸਾਲ 50 ਸਾਲ ਕੰਮ ਕੀਤਾ। ਜਦੋਂ ਜ਼ਮੀਨਾਂ ਬਣ ਗਈਆਂ ਤਾਂ ਬੀਜੇਪੀ ਦੀ ਗੁਜਰਾਤ ਗਵਰਨਮੈਂਟ ਨੇ ਉਹਨਾਂ ਦਾ ਟਾਈਟਲ ਸੀ ਉਹ ਕੈਂਸਲ ਕਰਤਾ, ਹਾਈ ਕੋਰਟ ਨੇ ਬਹਾਲ ਕਰਤਾ ਗੁਜਰਾਤ। ਬੀਜੇਪੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਜਾਂਦੀ ਹੈ, ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ। ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਟਾਈਟਲ ਕੈਂਸਲ ਕਰਤੇ ਤਾਂ ਹਜ਼ਾਰਾਂ ਸਿੱਖ ਪਰਿਵਾਰ, ਪੰਜਾਬੀ ਪਰਿਵਾਰ ਗੁਜਰਾਤ 'ਚੋਂ ਬੇਘਰੇ ਹੋ ਜਾਣਗੇ। ਔਰ ਤੀਸਰਾ ਮੈਂ ਕਹਿਣਾ ਚਾਹੁੰਦਾ ਕਿ ਉਸ ਨੌਨ ਬਿੱਲ ਪੰਜਾਬੀਆਂ ਦੇ ਬਿੱਲ 'ਤੇ ਮੈਂ ਬਿਲਕੁਲ ਕਾਇਮ ਹਾਂ, ਚਾਹੇ ਮੇਰੀ ਪੋਲੀਟੀਕਲ ਕੁਛ ਡਿਫਰੈਂਸਿਸ ਵਿਦਇਨ ਪਾਰਟੀ, ਹਾਲਾਂਕਿ ਪਾਰਟੀ ਨੂੰ ਮੈਂ ਬੈਠ ਕੇ ਅੱਛੀ ਤਰ੍ਹਾਂ ਸਮਝਾਊਂਗਾ, ਇਹਦੇ 'ਚ ਕੋਈ ਤੁੱਕ ਹੀ ਨਹੀਂ ਬਣਦੀ। ਕਿਉਂਕਿ ਜਿਹੜੀ ਪੰਜਾਬ ਦੀ ਓਰਿਜਨਲ ਪਾਪੂਲੇਸ਼ਨ 70-75 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੀ, ਮਾਈਗ੍ਰੇਟ ਕਰ ਚੁੱਕੀ ਹੈ, ਉਹਦੀ ਜਗ੍ਹਾ 'ਤੇ ਅਗਰ ਇੱਡੀ ਵੱਡੀ ਪਾਪੂਲੇਸ਼ਨ ਪੰਜਾਬ ਸੈੱਟ ਹੋ ਜੀ, ਜਿਹਦਾ ਵੇਰਵਾ ਹੀ ਕੋਈ ਨਹੀਂ ਗਾ, ਕੌਣ ਕਿੱਥੇ ਬੈਠਾ, ਕੋਈ ਵੇਰਵਾ ਨਹੀਂ ਗਾ। ਅਗਰ ਲੋਅ ਹੋਵੇਗਾ ਜੀ ਸੱਦ ਕੇ ਆਉਣ ਪੰਜਾਬ ਦੇ ਵਿੱਚ, ਸ਼ਰਤਾਂ ਪੂਰੀਆਂ ਕਰਨ, ਇੰਡਸਟਰੀ ਲਾਉਣ, ਜੋਬਸ ਲੈਣ ਔਰ ਵੋਟਰ ਬਣਨ। ਪਰ ਸਾਨੂੰ ਪਤਾ ਹੋਊਗਾ ਕਿ ਫਿਰੋਜ਼ਪੁਰ 'ਚ ਇੰਨੇ ਬੈਠੇ ਨੇ, ਬਠਿੰਡੇ 'ਚ ਇੰਨੇ ਬੈਠੇ ਨੇ, ਮਾਨਸਾ 'ਚ ਇੰਨੇ ਬੈਠੇ ਨੇ, ਹੁਣ ਤਾਂ ਕੋਈ ਗਿਣਤੀ ਨਹੀਂ ਗਈ। ਔਰ ਜੋਬਸ ਸਾਡੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਡੇਂਜਰਸ ਇੰਪੈਕਟ ਹੋਇਆ, ਜਿੰਨੀਆਂ ਭਗਵੰਤ ਮਾਨ ਕਲੇਮ ਕਰਦਾ 40-45 ਹਜ਼ਾਰ ਨੌਕਰੀਆਂ ਦਿੱਤੀਆਂ, ਉਹ 'ਚ ਬਹੁਤ ਗਿਣਤੀ ਜੋਬਸ ਜਿਹੜੀਆਂ ਵਾ, ਬਿਕੋਜ਼ ਦੇਰ ਇਜ਼ ਨੋ ਲੋਅ ਫੋਰ ਡੋਮਸਾਈਲ ਸਰਟੀਫਿਕੇਟ ਇਨ ਪੰਜਾਬ, ਉਹ ਕੋਈ ਜ਼ਰੂਰੀ ਹੈ ਹੀ ਨਹੀਂ ਗਾ। ਅਤੇ ਕਾਨੂੰਨ ਦੀ ਗੈਰ ਹਾਜ਼ਰੀ ਵਿੱਚ ਕੋਈ ਹਰਿਆਣੇ ਦਾ ਲੈ ਗਿਆ ਨੌਕਰੀ, ਕੋਈ ਦਿੱਲੀ ਦਾ ਨੌਕਰੀ ਲੈ ਗਿਆ, ਕੋਈ ਰਾਜਸਥਾਨ ਦਾ ਲੈ ਗਿਆ। ਇਹ ਮੇਰਾ ਨੁਕਤੇ ਜਿਹੜੇ ਨੇ, ਆਈ ਸਟੈਂਡ ਬਾਏ ਆਲ ਦੀਸ, ਔਰ ਮੈਂ ਵਿਧਾਨ ਸਭਾ 'ਚ ਵੀ ਚੱਕੂੰਗਾ। ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇੱਦਾਂ ਦੇ ਵਾਈਟਲ ਇਸ਼ੂਜ਼ ਦੇ ਉੱਤੇ ਚੀਫ ਮਿਨਿਸਟਰ ਕਿਉਂ ਚੁੱਕ ਹੈ। ਮੈਂ ਇਲੈਕਸ਼ਨਾਂ ਵਿੱਚ ਰੇਜ਼ ਕੀਤਾ ਗਰਾਊਂਡ ਵਾਟਰ ਡਿਪਲੀਸ਼ਨ, ਮੋਸਟ ਆਫ ਪੰਜਾਬ ਗਰਾਊਂਡ ਵਾਟਰ ਹੈਜ਼ ਡਿਪਲੀਟਿਡ ਬਿਯੋਂਡ, ਹੈਜ਼ ਗੋਨ ਟੂ ਅਲਾਰਮਿੰਗ ਲੈਵਲਸ, 200-300-400 ਫੁੱਟ 'ਤੇ ਪੀਣ ਵਾਲਾ ਪਾਣੀ, ਖੇਤੀ ਵਾਲਾ ਪਾਣੀ ਚਲੇਗਾ। ਸਾਰੇ ਜਿਹੜੇ ਸਾਡੇ 239 ਬਲੋਕਸ ਵਿੱਚੋਂ ਮਜੋਰਿਟੀ ਬਲੋਕਸ ਜਿਹੜੇ ਨੇ ਡਾਰਕ ਜ਼ੋਨ ਵਿੱਚ ਨੇ, ਰੈੱਡ ਜ਼ੋਨ ਵਿੱਚ ਨੇ। ਪਰ ਪੰਜਾਬ ਸਰਕਾਰ ਕੋਲ 2 ਸਾਲਾਂ 'ਚ ਵੀ ਟਾਈਮ ਨਹੀਂ ਮਿਲਿਆ ਕਿ ਅਸੀਂ ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਤੇ ਕਿਸ ਤਰ੍ਹਾਂ ਇਹਦਾ ਹੱਲ ਕਰਨਾ, ਇਹਨੂੰ ਗਰਾਊਂਡ ਵਾਟਰ ਨੂੰ ਕਿੱਦਾਂ ਰੀਚਾਰਜ ਕਰਨਾ, ਇਹਦੇ ਬਾਰੇ ਉਹਨਾਂ ਦੇ ਕੋਲ ਕੋਈ ਸਿਸਟਮ ਜਾਂ ਕੋਈ ਮੀਟਿੰਗ ਜਾਂ ਕੋਈ ਪਾਲਿਸੀ ਨਹੀਂ ਹੈ। ਬਹੁਤ ਸਾਰੀਆਂ ਹੋਰ ਡਿਪਾਰਟਮੈਂਟਸ ਆ, ਉਹਦੀ ਮੈਂ ਗੱਲ ਬਾਅਦ 'ਚ ਕਰੂੰਗਾ। ਦੇਰ ਇਜ਼ ਨੋ ਐਜੂਕੇਸ਼ਨ ਪਾਲਿਸੀ, ਦੇਰ ਇਜ਼ ਨੋ ਐਗਰੀਕਲਚਰ ਪਾਲਿਸੀ, ਦੇਰ ਇਜ਼ ਨੋ ਇੰਡਸਟਰੀ ਪਾਲਿਸੀ ਫੋਰ ਪੰਜਾਬ। ਸੋ ਵੇਅਰ ਆਰ ਵੀ ਹੈਡਿੰਗ? ਵੀ ਆਰ ਜਸਟ ਹੈਡਿੰਗ ਇਨ ਦ ਡਾਰਕ, ਇੱਕ ਹਨੇਰੇ ਵਿੱਚ ਸਰਕਾਰ ਤੁਰੀ ਫਿਰਦੀ ਆ, ਆਹ ਵੀ ਮੁਫ਼ਤ ਦੇ ਦਿੰਦੇ, ਆਹ ਵੀ ਮੁਫ਼ਤ ਦੇ ਦਿੰਦੇ, ਉਹ ਵੀ ਮੁਫ਼ਤ ਦੇ ਦਿੰਦੇ। ਮੁਫ਼ਤਖੋਰੀ ਦੀ ਰਾਜਨੀਤੀ ਨੇ ਸਾਨੂੰ ਜਿੱਥੇ ਪਹੁੰਚਾਇਆ, ਤੁਸੀਂ ਅੰਦਾਜ਼ਾ ਲਾ ਸਕਦੇ ਕਿ 31,000 ਕਰੋੜ ਰੁਪਏ ਦਾ ਅਸੀਂ ਵਿਆਜ ਭਰ ਰਹੇ ਪੰਜਾਬ ਦਾ। ਸੋ ਆਈ ਡੋਂਟ ਸੀ ਐਨੀ ਮੀਨਿੰਗਫੁੱਲ ਡਿਵੈਲਪਮੈਂਟ ਪਿਛਲੇ 2 ਸਾਲ ਵਿੱਚ, ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਕੋਈ ਪਾਏਦਾਰ ਤਰੱਕੀ ਨਹੀਂ ਕਰ ਸਕੇ, ਕਿਉਂਕਿ ਪੈਸਾ ਹੀ ਹੈ ਨਹੀਂ ਗਾ। ਸੋ ਅੱਜ ਦਾ ਮੇਰਾ ਮੁੱਦਾ ਫਿਰ ਵਾਪਸ ਆਉਂਦੇ ਹੋਏ ਕਿ ਜਿਹੜੀ ਬੇਨਾਮੀ ਟ੍ਰਾਂਜੈਕਸ਼ਨ ਜਿਹੜੀ 3 ਕਰੋੜ ਮਾਰਕੀਟ ਵੈਲਿਊ ਦੀ ਗਿਫਟ ਲਈ ਗਈ ਹੈ, ਉਹ ਚੀਫ ਮਿਨਿਸਟਰ ਸਾਹਿਬ ਦੱਸਣ ਕਿ ਉਹਨਾਂ ਦੇ ਭੂਆ ਜੀ ਨੇ ਕਿਉਂ ਦਿੱਤੀ, ਕਿਸੇ ਕੰਮ ਦੇ ਵਿੱਚ ਦਿੱਤੀ, ਕਿ ਉਹਦਾ ਪਿਆਰ ਜ਼ਿਆਦਾ ਆ ਗਿਆ,
ਜਾਂ ਉਹਨਾਂ ਦਾ ਮੋਹ ਜ਼ਿਆਦਾ ਉੱਠ ਗਿਆ, ਇਹ ਸਾਰੀ ਗੱਲ ਉਹੀ ਦੱਸਣਗੇ, ਜਾਂ ਇਸ ਦੀ ਜਿਹੜੀ ਪ੍ਰੋਪਰ ਗਵਰਨਰ ਸਾਹਿਬ ਜਾਂਚ ਦੀ ਮੈਂ ਮੰਗ ਕਰਦਾ।